ਅੱਜ ਫਾਜ਼ਿਲਕਾ ਦੇ ਕਈ ਸਮੱਸਿਆਵਾਂ ਨੇ, ਕਈ ਮੁੱਦੇ ਨੇ, ਕਈ ਕੰਮ ਹੋਣ ਵਾਲੇ ਨੇ। ਜਿਹੜੇ ਸਾਡੇ ਵਾਰਡਾਂ ਦੇ ਇੰਚਾਰਜ ਨੇ ਜਾਂ ਆਮ ਲੋਕ ਨੇ ਜਾਂ ਐਮ ਸੀ ਸਾਹਿਬਾਨ ਨੇ, ਆਗੂ ਸਾਹਿਬਾਨ ਨੇ, ਫਾਜ਼ਿਲਕਾ ਦੇ ਸ਼ਹਿਰ ਵਾਸੀ ਨੇ, ਉਹ ਅੱਜ ਮੀਟਿੰਗ ਜਿਹੜੀ ਬੁਲਾਈ ਗਈ ਸੀ, ਜਿਹਦੇ ਵਿੱਚ ਜੋ ਲੋਕਾਂ ਨੂੰ ਸਮੱਸਿਆ ਆ ਰਹੀਆਂ ਨੇ, ਸਮੱਸਿਆਵਾਂ ਦੇ ਵਿੱਚ ਜੋ ਨਗਰ ਕੌਂਸਲ ਦੇ ਦਫ਼ਤਰ ਦੇ ਨਾਲ ਰਿਲੇਟਡ ਨੇ ਜਾਂ ਕੋਈ ਪੁਲਿਸ ਡਿਪਾਰਟਮੈਂਟ ਦੇ ਨਾਲ ਰਿਲੇਟਡ ਨੇ ਜਾਂ ਕੋਈ ਹੋਰ ਸਮੱਸਿਆਵਾਂ ਨੇ, ਉਹ ਸਾਰੀਆਂ ਜਿਹੜੀਆਂ ਸਮੱਸਿਆਵਾਂ ਦੇ ਰਿਗਾਰਡਿੰਗ, ਸਮੱਸਿਆਵਾਂ ਦੇ ਹੱਲ ਲਈ ਜੋ ਕੰਮ ਹੋਣ ਵਾਲੇ ਨੇ ਸ਼ਹਿਰ ਦੇ ਵਿੱਚ, ਉਹ ਸਾਰੀ ਅੱਜ ਮੀਟਿੰਗ ਰੱਖੀ ਗਈ ਸੀ। ਔਰ ਸਾਰੇ ਵਾਰਡਾਂ ਦੇ ਵੱਖ ਵੱਖ ਹਰ ਇੱਕ ਵਾਰਡ ਦੇ ਉਹਨਾਂ ਜਿਹੜੇ ਵੀ ਵਾਰਡ ਦੇ ਲੋਕ ਆਏ ਸੀ, ਆਗੂ ਸਾਹਿਬਾਨ ਆਏ ਸੀ ਜਾਂ ਕੋਈ ਵੀ ਐਮ ਸੀ ਸਾਹਿਬਾਨ ਆਏ ਸੀ, ਉਹਨਾਂ ਸਾਰਿਆਂ ਦੀ ਜਿਹੜੀਆਂ ਮੁਸ਼ਕਲਾਂ ਸੁਣੀਆਂ ਗਈਆਂ, ਮੌਕੇ 'ਤੇ ਹੀ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਕਿ ਉਹਨਾਂ ਨੂੰ ਹੱਲ ਕੀਤਾ ਜਾਵੇ। ਔਰ ਜੋ ਸ਼ਹਿਰ ਦੇ ਵਿੱਚ ਜਿੰਨੇ ਕੰਮ ਪਿੱਛੇ ਹੋਏ ਨੇ ਜਾਂ ਚੱਲ ਰਹੇ ਨੇ, ਉਹ ਹਰ ਵਾਰਡ ਦੇ ਵਿੱਚ ਜਾ ਕੇ